ਬਾਬਾ ਦੀਪ ਸਿੰਘ ਕੇਵਲ ਸਿੱਖਾਂ ਦੇ ਮਾਂ ਬਾਪ ਨਹੀਂ, ਕੋਈ ਹਿੰਦੂ ਆ ਜੇ ਝੋਲੀ ਉਹਦੀ ਵੀ ਭਰਦੇ ਹੈ, ਵਾਹ ਉਹਦੀ ਵੀ ਫੜਦੇ ਹੈ, ਕੋਈ ਰਾਜਪੂਤ ਆ ਜੇ ਉਹਦੀ ਵੀ ਫੜਦੇ ਹੈ, ਕੋਈ ਹੋਰ ਆ ਜੇ ਉਹਦੀ ਵੀ ਝੋਲੀ ਭਰਦੇ ਹੈ, ਕਦੀ ਵੇਖ ਲਓ। ਜਿਵੇਂ ਹੁਣ ਨਿੱਘੀ ਜਿਹੀ ਗੱਲ ਆਪ ਜੀ ਨੇ ਕਰਕੇ ਇੱਕ ਮਿੰਟ ਦੀ ਸਮਾਪਤੀ ਕਰਨ ਲੱਗਾ, ਸਾਡੇ ਕੀਰਤਨੀਆਂ 'ਚੋਂ ਕੀਰਤਨੀ ਹੈ, ਸੰਗਤ ਦਾ ਪ੍ਰੇਮੀ ਹੈ, ਅਤੇ ਉਹਦੀ ਕਿਰਤ 'ਤੇ ਜਿਹੜੇ ਘਰ ਪੀ ਜੀ ਖੋਲ੍ਹਦੇ ਆ ਨਾ ਪੀ ਜੀ, ਉਹਦੀ ਕਿਰਤ 'ਤੇ ਅੰਮ੍ਰਿਤਸਰ ਵਿੱਚ ਇਹ ਉਹਦਾ ਗੇਟ ਹੈ ਮਕਾਨ ਦਾ, ਅਤੇ ਥੱਲੇ ਜਿੰਨੀ ਪੋਰਸ਼ਨ ਹੈ ਉੱਥੇ ਉਹਦੀ ਰਿਹਾਇਸ਼ ਹੈ, ਇੱਧਰੋਂ ਪੌੜੀ ਚੜ੍ਹਦੀ ਵੱਖਰੀ, ਅਤੇ ਉੱਤੇ ਪੀ ਜੀ ਬਣਾਇਆ ਉਹਨੇ, ਕਮਰੇ ਬਣਾਏ ਨੇ, ਜੋ ਵੀ ਉੱਥੇ ਬੱਚੀਆਂ ਪੜ੍ਹਨ ਆਉਂਦੀਆਂ ਉਹ ਰਹਿੰਦੀਆਂ ਨੇ। ਔਰ ਇਹ ਸੁਣਿਓ ਗੱਲ ਇੱਕ ਮਿੰਟ ਦੀ ਹੈ, ਉਹਦੇ ਪੀ ਜੀ ਵਿੱਚ ਦੋ ਚਾਈਨਾ ਦੀਆਂ ਲੜਕੀਆਂ ਆਈਆਂ, ਪੜ੍ਹਾਈ ਅਸੀਂ ਆਈਆਂ, ਅਤੇ ਜਿਹੜਾ ਵੀ ਲਿਆਂਦਾ ਉਹ ਵੀ ਉਹਦੀ ਰੂਟੀਨ ਹੈ ਵੀ ਕੋਈ ਨਵੀਆਂ ਬੱਚੀਆਂ ਆਉਣ ਤਾਂ ਇੱਕ ਦਿਨ ਬਾਅਦ ਕਮਰਾ ਚੈੱਕ ਕਰਦਾ ਵੀ ਕਰੀ ਵੀ ਕੋਈ ਇੰਨਾ ਕੋਈ ਗਲਤ ਚੀਜ਼ ਤਾਂ ਨਹੀਂ, ਜਿਵੇਂ ਵੀ ਚਲੋ ਇੱਕ ਰੂਟੀਨ ਬਣਾਈ ਹੈ ਉਹਦੀ ਕਿਰਤ 'ਤੇ ਰੋਟੀ ਕਰਦੀ। ਸੰਗਤ ਜੀ ਦੋ ਚਾਈਨੀਜ਼ ਲੜਕੀਆਂ ਆਈਆਂ ਉਹਦੇ ਪੀ ਜੀ ਵਿੱਚ, ਮੈਂ ਨਾਮ ਹੀ ਬੋਲਦਾ ਬੱਚੇ ਦਾ, ਜਸਵਿੰਦਰ ਸਿੰਘ ਨਾਂ ਹੈ ਉਹਦਾ, ਗ੍ਰੀਨ ਐਵਨਿਊ 'ਚ ਉਹਨੇ ਪੀ ਜੀ ਖੋਲ੍ਹਿਆ। ਉਹ ਕਮਰਾ ਵੇਖਣ ਗਿਆ ਬੱਚੀਆਂ ਦਾ, ਅਤੇ ਨਾਲ ਦੁਭਾਸ਼ੀ, ਨਾਲ ਦੁਭਾਸ਼ੀ ਸਮਝਦੇ ਹੋ, ਜਿਹੜਾ ਚਾਈਨਾ ਦੀ ਭਾਸ਼ਾ ਵੀ ਜਾਣਦਾ ਸਾਡੀ ਵੀ ਜਾਣਦਾ, ਉਹ ਨਾਲ, ਕਿਉਂਕਿ ਕੋਈ ਵਿਚੋਲਾ ਹੁੰਦਾ ਵੀ ਜਿਹੜਾ ਲੈ ਕੇ ਆਉਂਦਾ ਕਸਟਮਰ ਨੂੰ, ਉਹਦੀ ਜੋ ਵੀ ਚਲੋ ਕੁਝ ਕਮਿਸ਼ਨ ਹੁੰਦੀ ਹੈ, ਬਈ ਇੱਕ ਵਾਰੀ ਉਹਨੇ ਲਿਆਂਦੇ ਉਹਨੂੰ ਦੇ ਦਿੱਤੀ ਕਮਿਸ਼ਨ, ਕਿਰਤ ਹੈ ਆਪਣੀ ਆਪਣੀ ਕਾਰੋਬਾਰ ਹੈ। ਉਹ ਦੁਭਾਸ਼ੀ ਨਾਲ ਉਹ ਜਦੋਂ ਕਮਰਾ ਵੇਖ ਰਿਹਾ ਸੀ ਨਾ ਵੀ ਦੋ ਬੱਚੀਆਂ ਨਵੀਆਂ ਆਈਆਂ, ਅਤੇ ਤੁਸੀਂ ਹੈਰਾਨ ਹੋਵੋਗੇ ਉਹਨੇ ਕੀ ਵੇਖਿਆ, ਚਾਈਨਾ ਦੀਆਂ ਦੋ ਬੱਚੀਆਂ ਅਤੇ ਅੰਮ੍ਰਿਤਸਰ ਵਿੱਚ ਉਹ ਪੀ ਜੀ 'ਚ ਰੁਕੀਆਂ, ਉਹ ਕਮਰਾ ਵੇਖਦਾ ਪਿਆ ਅਤੇ ਕੀ ਵੇਖਿਆ ਵੀ ਬੜਾ ਸੋਹਣਾ ਤੋਲੀਆ ਵਿਛਾ ਕੇ ਨਾ ਉੱਤੇ ਬਾਬਾ ਜੀ ਦੇ, ਬਾਬਾ ਦੀਪ ਸਿੰਘ ਦੇ ਸਰੂਪ ਦਾ ਆਸਣ ਲੱਗਾ ਹੋਇਆ ਹੈ। ਉਹ ਕੀ ਸੋਚਦਾ, ਕਹਿੰਦਾ ਇਹ ਪਰਸੋਂ ਇਹ ਕਮਰਾ ਵਿਹਲਾ ਕੀਤਾ, ਦੋ ਬੱਚੀਆਂ ਨੇ ਉਹ ਸਿੱਖ ਧਰਮ ਨਾਲ ਰਿਲੇਟਡ ਸੀ, ਇਹ ਭੁੱਲ ਗਈਆਂ ਨੇ, ਆਖੋ ਸਤਨਾਮ, ਇਹ ਜਿਹੜਾ ਬਾਬਾ ਜੀ ਦਾ ਆਸਣ ਦੇ ਸਰੂਪ ਭੁੱਲ ਗਈਆਂ, ਉਹਨਾਂ ਨੇ ਲਾਇਆ ਹੋਣਾ ਪਿਆਰ ਨਾਲ ਕਈ ਜਿਵੇਂ ਲਾਉਂਦੇ ਆ, ਅਤੇ ਉਹਨੇ ਜੀ ਬਾਬਾ ਜੀ ਫੋਟੋ ਚੁੱਕ ਲਈ ਅਤੇ ਤੋਲੀਆ ਵੀ ਚੁੱਕ ਲਿਆ। ਅਤੇ ਉਹ ਚਾਈਨੀਜ਼ ਲੜਕੀਆਂ ਦੁਭਾਸ਼ੀ ਨੂੰ ਕਹਿੰਦੀਆਂ ਵੀ ਇਹਨਾਂ ਨੇ ਚੁੱਕ ਕਿਉਂ ਲਿਆ ਬਾਬਾ ਜੀ ਸਰੂਪ ਅਤੇ ਤੋਲੀਆ ਚੁੱਕ ਕਿਉਂ ਲਿਆ, ਅਤੇ ਦੁਭਾਸ਼ੀ ਉਹਨਾਂ ਨੂੰ ਕਹਿੰਦਾ ਫਿਰ ਪੰਜਾਬੀ ਦੀ ਬੋਲੀ ਵੀ ਇਹ ਲੜਕੀਆਂ ਕਹਿ ਰਹੀਆਂ ਵੀ ਇਹ ਕਿਉਂ ਚੁੱਕਿਆ ਤੁਸੀਂ ਬਾਬਾ ਜੀ ਦਾ ਆਸਣ ਤੇ ਉਹ, ਅਤੇ ਉਹ ਗੋ ਜਸਵਿੰਦਰ ਸਿੰਘ ਕਹਿੰਦਾ ਵੀ ਜਿਹੜੀਆਂ ਪਹਿਲੀਆਂ ਲੜਕੀਆਂ ਨਾ ਮੈਨੂੰ ਲੱਗਦਾ ਉਹ ਭੁੱਲ ਗਈਆਂ, ਅਤੇ ਮੈਂ ਸਤਿਕਾਰ ਵਜੋਂ ਚੁੱਕਿਆ ਕਿ ਬਈ ਇਹ ਚਾਈਨੀਜ਼ ਲੜਕੀਆਂ ਇਹਨਾਂ ਨੂੰ ਬਾਬਾ ਜੀ ਬਾਰੇ ਕੀ ਪਤਾ, ਅਤੇ ਸਤਿਕਾਰ ਕਰਕੇ ਚੁੱਕਿਆ ਵੀ ਇਹਨਾਂ ਕੋਲ ਬੇਅਦਬੀ ਨਾ ਹੋਵੇ, ਅਤੇ ਮੈਂ ਤਾਂ ਇਹਨੂੰ ਸਤਿਕਾਰ ਕਰਕੇ ਚੁੱਕਿਆ। ਉਹਨੇ ਉਹਨਾਂ ਨੂੰ ਦੱਸਿਆ ਵੀ ਇਹਨਾਂ ਨੇ ਸਤਿਕਾਰ ਕਰਕੇ ਚੁੱਕਿਆ ਵੀ ਪਹਿਲੀਆਂ ਲੜਕੀਆਂ ਭੁੱਲ ਗਈਆਂ। ਉਹ ਕੋ ਚਾਈਨੀਜ਼ ਲੜਕੀਆਂ ਦੁਭਾਸ਼ੀ ਨੂੰ ਕੀ ਕਹਿੰਦੀਆਂ ਵੀ ਕਹਿੰਦੀਆਂ ਇਹ ਕੋਈ ਪਹਿਲੀਆਂ ਲੜਕੀਆਂ ਦਾ ਨਹੀਂ, ਇਹ ਬਾਬਾ ਜੀ ਸਾਡੇ ਹੈ, ਆਖੋ ਸਾਤਨਾ। ਚਾਈਨੀਜ਼ ਬੋਲੀ 'ਚ ਕਹਿੰਦੀਆਂ ਇਹ ਸਾਡਾ ਸਰੂਪ ਹੈ, ਅਸੀਂ ਆਸਣ ਲਾਇਆ, ਅਸੀਂ ਤੋਲੀਆ ਵਿਛਾ ਕੇ ਸੁੱਚਾ ਆਸਣ ਲਾਇਆ, ਇਹ ਸਾਡਾ। ਉਹ ਦੁਭਾਸ਼ੀ ਨੇ ਉਹਨਾਂ ਨੂੰ ਕਿਹਾ ਵੀ ਇਹ ਲੜਕੀਆਂ ਕਹਿ ਰਹੀਆਂ ਕੋਈ ਭੁੱਲਿਆ ਨਹੀਂ, ਇਹ ਸਾਡਾ ਸਰੂਪ, ਅਸੀਂ ਆਸਣ ਲਾਇਆ। ਅਤੇ ਉਹ ਹੈਰਾਨ ਹੋ ਗਿਆ ਕਿੱਥੇ ਚਾਈਨੀਜ਼ ਲੜਕੀਆਂ, ਕਿੱਥੇ ਬਾਬਾ ਦੀਪ ਸਿੰਘ ਦਾ ਆਸਣ, ਅੱਖਾਂ 'ਚ ਪਾਣੀ ਵੀ ਆ ਗਿਆ। ਅਤੇ ਉਹਨੇ ਕਿਹਾ ਦੁਭਾਸ਼ੀ ਨੂੰ ਵੀ ਇਹ ਬਾਬਾ ਜੀ ਨੂੰ ਕਿਵੇਂ ਜਾਣਦੀਆਂ,
ਇਹ ਬਾਬਾ ਦੀਪ ਸਿੰਘ ਨੂੰ ਕਿਵੇਂ ਜਾਣਦੀ ਹੈ? ਜਦੋਂ ਉਹਨੇ ਪੁੱਛਿਆ ਵੀ ਤੁਸੀਂ ਬਾਬਾ ਦੀਪ ਸਿੰਘ ਨੂੰ ਕਿਵੇਂ, ਤੇ ਉਹ ਅੱਗੋਂ ਚਾਈਨੀਜ਼ ਲੜਕੀਆਂ ਕੀ ਕਹਿੰਦੀਆਂ, ਕਹਿੰਦੀਆਂ ਸਾਡੀ ਕੁਝ ਸਾਲ ਪਹਿਲੇ ਇੱਕ ਗੁਰਸਿੱਖ ਨਾਲ ਮੇਲ ਹੋਇਆ, ਉਹਨੇ ਸਾਨੂੰ ਇਹ ਸਰੂਪ ਅਤੇ ਸਾਡਾ ਐਡਾ ਵਿਸ਼ਵਾਸ ਬੱਜ ਗਿਆ, ਅਸੀਂ ਜਿਹੜੇ ਦੇਸ਼ 'ਚ ਵੀ ਜਾਂਦੀ ਹਾਂ ਇਹ ਬਾਬਾ ਜੀ ਦਾ ਸਰੂਪ ਆਸਣ ਨਾਲ ਰੱਖਦੀਆਂ, ਹਰ ਜਗ੍ਹਾ ਜਿੱਥੇ ਮੁਸ਼ਕਲ ਆਵੇ ਅਸੀਂ ਇਹਨਾਂ ਅੱਗੇ ਅਰਦਾਸ ਕਰਦੀਆਂ, ਇਹ ਹਰ ਜਗ੍ਹਾ ਸਾਡੇ ਸਹਾਈ ਹੁੰਦੇ ਹੈ। ਇਹਨੂੰ ਕੀ ਕਹੋਗੇ? ਇਹ ਪ੍ਰਤੱਖ ਬੀਤੀ ਗੱਲ ਆਪ ਜੀ ਨਾਲ ਸੱਚਾਈ ਰੱਖੀ ਜਾ ਰਹੀ। ਕਿਸ ਕਿਸ ਕਰਕੇ? ਕਿ ਬਾਬਾ ਦੀਪ ਸਿੰਘ ਜੀ ਦੇ ਸਹਿਜ ਪਾਠ ਕਰਦੇ ਆ ਜੇ ਸਭਨਾ ਕਾ ਮਾਂ ਪਿਓ, ਤੇ ਇਹ ਫਿਰ ਪਿਆਰ 'ਚ ਕਹਿ ਦੇਣਾ ਬਾਬਾ ਜੀ ਇਕੱਲੇ ਸਿੱਖਾਂ ਦੇ ਨਹੀਂ, ਕੋਈ ਚਾਈਨੀਜ਼ ਲੜਕੀਆਂ ਵੀ ਬਾਬਾ ਜੀ ਨੂੰ ਪਿਆਰ ਨਾਲ ਧਿਆ ਲੈਣ, ਰਾਖੀ ਉਹਨਾਂ ਦੇ ਵੀ ਕਰਦੇ ਆ, ਕਹਿ ਦਿਓ ਗੱਜ ਕੇ ਸਤਨਾਮ। ਦਿੱਲੀ ਵਾਲਿਓ, ਤੁਹਾਡੇ ਕਈ ਬੱਚਿਆਂ ਨੂੰ ਸ਼ੌਂਕ ਹੁੰਦਾ ਪਾਪਾ ਮੋਟਰਸਾਈਕਲ ਲੈਣਾ, ਜਿਹੜਾ ਅੱਜ ਕੱਲ੍ਹ ਚੱਲਿਆ 3 ਲੱਖ ਵਾਲਾ। ਆਖੋ ਸਤਨਾਮ, ਮੋਟਰਸਾਈਕਲ ਲੈਣਾ 2 ਲੱਖ ਵਾਲਾ। ਉਹ ਆਖਾ ਕਿਉਂ ਲੈਣਾ? ਨਹੀਂ ਜੀ, ਮੇਰਾ ਸ਼ੌਂਕ ਹੈ, ਮੇਰੀ ਹੋਬੀ, ਮੈਨੂੰ ਲੈ ਦਿਓ। ਕਿਸੇ ਨੂੰ ਸ਼ੌਂਕ ਹੈ, ਮਾਇਆ ਹੈਗੀ ਕਾਰ ਲੈਣੀ ਮੈਂ ਵੱਡੀ 16 ਲੱਖ ਵਾਲੀ, ਕਾਰ ਲੈਣੀ ਮੈਂ 20 ਲੱਖ ਵਾਲੀ। ਕਿਸੇ ਨੂੰ ਹੋਬੀ ਹੈ, ਫੇਸਬੁੱਕ 'ਤੇ ਮੈਂ ਅਕਾਊਂਟ ਬਣਾਉਣਾ, ਕਿਸੇ ਨੂੰ ਕੋਈ ਹੋਰ ਹੋਬੀ ਹੈ। ਅਤੇ ਇੱਕ ਬਾਹਰਲੇ ਮੁਲਕ ਦਾ ਬੰਦਾ ਜਿਹਨੂੰ ਇਹ ਹੋਬੀ ਆ ਗਈ, ਆ ਗਈ ਕਿ ਕਿਹੜੀ ਕਿਹੜੀ ਕੌਮ ਜਿਹੜੀ ਹੈ ਉਹ ਸਭ ਤੋਂ ਬਹਾਦਰ ਹੈ, ਆਖੋ ਸਤਨਾਮ। ਉਹ ਚੱਲ ਪਿਆ ਜੀ, ਇਸ ਵਾਸਤੇ ਚੱਲ ਪਿਆ ਰਿਸਰਚ ਕਰਨ ਲਈ ਵੀ ਮੈਂ 1-2 ਸਾਲ ਹੁਣ ਰਿਟਾਇਰ ਹੋ ਗਿਆ, ਮੈਨੂੰ ਆ ਰਹੀ ਹੈ ਤਨਖਾਹ ਗੌਰਮੈਂਟ ਕੋਲੋਂ, ਕਿਉਂਕਿ ਬਾਹਰ ਸਹੂਲਤਾਂ ਜ਼ਿਆਦਾ, ਜੇ ਟੈਕਸ ਜ਼ਿਆਦਾ ਤਾਂ ਸਹੂਲਤਾਂ ਵੀ ਜ਼ਿਆਦਾ, ਅਤੇ ਕੋਈ ਬਜ਼ੁਰਗ ਉਹਨੂੰ ਮਿਲਦੇ ਨੇ, ਕੋਈ ਬੱਚਾ ਤੱਕ ਉਹਨੂੰ ਵੀ ਸਾਰਾ ਡਾਲਰ ਮਿਲਦੇ ਨੇ, ਪੜ੍ਹਾਈ ਵੀ ਐਜੂਕੇਸ਼ਨ ਫਰੀ, ਫਿਰ ਸਾਰੀ ਜਿਹੜੀ ਹੈ ਇਲਾਜ ਵੀ ਉਹ ਟੈਕਸ ਲਾਉਂਦੇ ਨੇ ਅਤੇ ਦਿੰਦੇ ਵੀ ਨੇ। ਚਲੋ ਇੱਧਰ ਨਹੀਂ ਜਾਣਾ ਮੈਂ। ਉਹ ਰਿਸਰਚ ਕਰਨ ਨਿਕਲਿਆ ਵੀ ਹੁਣ ਮੈਨੂੰ ਜੋ ਮਹੀਨੇ ਦਾ ਆਉਣਾ ਆ ਹੀ ਰਿਹਾ ਵੀ ਮੈਂ 1-2 ਸਾਲ, ਉਹ ਜਦੋਂ ਉਹਨੇ ਸਾਰਾ ਮਿਹਨਤ ਲਾ ਕੇ ਇਕੱਠੇ ਕੀਤੇ ਵੀ ਤੁਸੀਂ ਦੱਸੋ ਤੁਹਾਡੀ ਕੌਮ 'ਚ ਬਹਾਦਰੀ, ਤੁਹਾਡੇ ਧਰਮ 'ਚ ਬਹਾਦਰੀ, ਤੁਸੀਂ ਦੱਸੋ, ਤੁਸੀਂ ਦੱਸੋ, 9ਵੇਂ ਨੰਬਰ 'ਤੇ ਆ ਗਏ ਮਰਹੱਟੇ। ਉਹਨਾਂ ਨੇ ਕਿਹਾ ਵੀ ਦੱਸੋ ਤੁਹਾਡੀ ਕੋਈ ਬਹਾਦਰੀ ਆਪਣੀ, ਵੀ ਮੈਂ ਰਿਸਰਚ ਕਰਨ ਨਿਕਲਿਆ ਭਾਵੇਂ 1 ਸਾਲ ਲੱਗ ਜਾਏ ਮੈਨੂੰ। ਅਤੇ ਉਹ ਅੱਗੋਂ ਕਹਿਣ ਲੱਗਾ, ਸਾਡਾ ਨਾਂ ਸੁਣ ਕੇ ਨਹੀਂ ਪਤਾ ਲੱਗਾ ਵੀ ਸਾਡੇ ਅਸੀਂ ਕਿੰਨੇ ਬਹਾਦਰ ਹਾਂ। ਉਹ ਕਹਿੰਦਾ ਕਿਵੇਂ? ਉਹ ਕਹਿੰਦਾ ਵਿਸ਼ਰਾਮ ਦੇ ਕੇ ਬੋਲ, ਸਾਡਾ ਨਾਂ ਵਿਸ਼ਰਾਮ ਦੇ ਕੇ ਬੋਲ। ਵਿਸ਼ਰਾਮ ਹੁੰਦਾ ਕਿਸੇ ਚੀਜ਼ ਨੂੰ ਵਿਸ਼ਰਾਮ ਦੇ ਕੇ ਬੋਲਣਾ, ਉਹਦੇ ਫਿਰ ਅਰਥ ਨਿਕਲ ਆਉਂਦੇ ਨੇ ਸੌਖੇ। ਹੁਣ ਪੜ੍ਹਦੇ ਨਾ, ਆਪ ਸੱਤ ਸੱਤ ਸਭ ਧਾਰੀ। ਹੁਣ ਆਪ ਸੱਤ ਤੋਂ ਬਾਅਦ ਵਿਸ਼ਰਾਮ ਦੇ ਦਿਓ, ਤੁਹਾਨੂੰ ਅਰਥ ਹੋ ਜਾਣਗੇ। ਆਪ ਸੱਤ ਵੀ ਆਪ ਪਰਮੇਸ਼ਰ ਸੱਤ ਹੈ, ਅਤੇ ਸੱਤ ਸਭ ਧਾਰੀ, ਉਹ ਪਰਮੇਸ਼ਰ ਨੇ ਇਹ ਸਭ ਕੁਝ ਬਣਾਇਆ। ਆਖੋ ਸਤਨਾਮ। ਵਿਸ਼ਰਾਮ ਦੇਣ ਨਾਲ ਅਰਥ ਸੌਖੇ ਹੋ ਜਾਂਦੇ। ਉਹ ਕਹਿੰਦਾ ਸਾਡਾ ਨਾਮ ਵਿਸ਼ਰਾਮ ਦੇ ਕੇ ਪੜ੍ਹ। ਹੁਣ ਵਿਸ਼ਰਾਮ ਕੀ ਸੀ? ਉਂਝ ਆਪਾਂ ਪੜ੍ਹਦੇ ਮਰਹੱਟੇ। ਉਹ ਕਹਿੰਦਾ ਵਿਸ਼ਰਾਮ ਦੇ ਕੇ ਪੜ੍ਹ, ਮਰ ਹੁਣ ਰੁਕ ਜਾ, ਹੁਣ ਕਹਿ ਹੱਟੇ, ਮਰ ਹੱਟੇ, ਵਿਸ਼ਰਾਮ ਦੇ ਕੇ ਪੜ੍ਹ, ਮਰ ਹੱਟੇ। ਉਹ ਜਿਹੜਾ ਰਿਸਰਚ ਕਰ ਰਿਹਾ ਸੀ ਉਹਨੂੰ ਕਹਿੰਦਾ ਸਾਡਾ ਨਾਂ ਵਿਸ਼ਰਾਮ ਦੇ ਕੇ ਪੜ੍ਹ। ਜਦੋਂ ਪੜ੍ਹਿਆ ਕਹਿੰਦਾ ਹੁਣ ਸਮਝਿਆ? ਕਹਿੰਦਾ ਨਹੀਂ, ਅਜੇ ਵੀ ਨਹੀਂ ਸਮਝਿਆ। ਕਹਿੰਦਾ ਸਾਡਾ ਨਾਂ ਤਾਂ ਪਿਆ ਮਰ
ਹੱਟੇ ਕਿ ਜਾਂ ਜੰਗ ਦੇ ਮੈਦਾਨ 'ਚੋਂ ਜਿੱਤ ਕੇ ਜਾਂਦੇ ਹਾਂ ਜਾਂ ਮਰ ਕੇ ਹਟਦੇ ਹਾਂ, ਹਾਰਦੇ ਨਹੀਂ। ਆਪਾਂ ਆਖੋ ਸਤਨਾਮ, ਸਾਡਾ ਨਾਂ ਹੀ ਪੈ ਗਿਆ ਮਰ ਹੱਟੇ, ਮਰ ਕੇ ਹਟਦੇ ਆ ਇਹ ਮਰ ਹੱਟੇ, ਜਾਂ ਜਿੱਤ ਕੇ ਹਟਦੇ ਜਾਂ ਮਰ ਕੇ ਹਟਦੇ ਆ, ਮਰ ਵਿਸ਼ਰਾਮ ਹੱਟੇ। ਅਤੇ ਉਹ ਕਹਿੰਦਾ ਵੀ ਯਾਰ ਇਸ ਤੋਂ ਬਹਾਦਰ ਕੌਣ ਹੋਊਗਾ ਕਿ ਜਿਹੜੇ ਜਾਂ ਜਿੱਤ ਕੇ ਹਟਣ ਮੈਦਾਨ 'ਚੋਂ ਜਾਂ ਮਰ ਕੇ ਹਟਣ, ਉਂਝ ਹਟਦਾ ਹੀ ਨਹੀਂ। ਉਹ ਆਪਣੇ ਰਿਸਰਚ ਵਾਲਾ ਫਾਈਨਲ ਕਰਨ ਲੱਗਾ ਅਤੇ ਦਸਵੇਂ ਨੰਬਰ 'ਤੇ ਬਾਜਾਂ ਵਾਲੇ ਦਾ ਸਿੱਖ ਬੈਠਾ ਸੀ, ਆਖੋ ਸਾਧਨਾ। ਉਹ ਕਹਿੰਦਾ ਸਾਨੂੰ ਹੀ ਪੁੱਛ ਲੈ, ਕਹਿੰਦਾ ਇਸ ਤੋਂ ਬਹਾਦਰ ਕੌਣ ਹੋਊਗਾ ਜਿਹੜਾ ਜਿੱਤ ਕੇ ਹਟਦਾ ਜਾਂ ਮਰ ਕੇ। ਕਹਿੰਦਾ ਪੁੱਛ ਲੈ। ਹੁਣ ਕਿਹਾ ਦੱਸ ਤੁਹਾਡੇ 'ਚ ਕਿਵੇਂ ਬਹਾਦਰੀ ਕੋਈ? ਕਹਿਣ ਲੱਗਾ ਚੰਗੇ ਸਾਰੇ ਨੇ, ਗੁਰੂ ਗੋਬਿੰਦ ਸਿੰਘ ਦਾ ਬੱਚਾ ਕਦੀ ਕਿਸੇ ਨੂੰ ਨੀਵਾਂ ਨਹੀਂ ਵਿਖਾਉਂਦਾ। ਕਹਿੰਦਾ ਚੰਗੇ ਸਾਰੇ ਨੇ ਜਿਹਦੇ 'ਚ ਜੋ ਜੋ ਵੀ ਧਰਮ ਦੇ ਵਿੱਚ ਉਪਰਾਲੇ ਨੇ, ਪਰ ਤੂੰ ਇੱਕ ਚੀਜ਼ ਜ਼ਰੂਰ ਸੁਣ ਲੈ, ਇਹ ਵੀ ਚੰਗੇ ਨੇ ਮਰਹੱਟੇ ਵੀ, ਇਹ ਤਾਂ ਜਿੱਤ ਕੇ ਹਟਦੇ ਜਾਂ ਮਰ ਕੇ ਮੈਦਾਨ 'ਚੋਂ ਹਟਦੇ ਹੈ। ਗੁਰੂ ਗੋਬਿੰਦ ਸਿੰਘ ਦੇ ਇਹੋ ਜਿਹੇ ਸਿੱਖ ਨੇ ਇਤਿਹਾਸ ਵਿੱਚ ਬਾਬਾ ਦੀਪ ਸਿੰਘ ਵਰਗੇ, ਜਿਹੜੇ ਮਰ ਕੇ ਵੀ ਦੀਵਾਨ 'ਚੋਂ ਹਟਦੇ ਨਹੀਂ, ਸੀਸ ਤਲੀ 'ਤੇ ਰੱਖ ਕੇ ਲੜਨ ਲੱਗ ਪੈਂਦੇ ਨੇ। ਹਾਂ, ਇਹਨੂੰ ਕੀ ਕਹੋਗੇ? ਹੈ ਕਿਤੇ ਦੁਨੀਆਂ ਦੇ ਮਿਸਾਲ? ਇਸ ਕਰਕੇ ਅਸੀਂ ਪੜ੍ਹ ਰਹੇ ਸਾਂ, ਇਹਨੂੰ ਧਾਰਨਾ ਨਾ ਸਮਝਿਓ, ਪਿਆਰ ਦੇ ਵਿੱਚ ਬਾਬਾ ਜੀ ਦੇ ਪੜ੍ਹ ਰਹੇ ਸਾਂ, ਪ੍ਰਮਾਣ ਸਾਰੇ ਗੁਰਬਾਣੀ ਦੇ ਚੱਲੇ ਹੈ। ਇਹ ਤਾਂ ਅਸੀਂ ਪੜ੍ਹ ਰਹੇ ਸਾਂ, ਬਾਬਾ ਜੀ ਤੁਸੀਂ ਸੰਤ ਵੀ ਪੂਰੇ, ਤੁਸੀਂ ਸਿਪਾਹੀ ਵੀ ਪੂਰੇ, ਆਖੋ ਸਤਨਾਮ। ਹੁਣ ਖੀਰਲੀ ਗੱਲ ਕਰਕੇ ਦਾਸ ਸਮਾਪਤੀ ਕਰਨ ਲੱਗਾ ਕਿ ਇੱਕ ਬਾਬਾ ਜੀ ਦੇ ਪਿਆਰ ਸਾਰੇ ਪਿਆਰ ਵਾਲੇ ਬੈਠੇ ਹੋ, ਇਹ ਅਸਲੀ ਸਤਸੰਗ ਹੈ ਜਿੱਥੇ ਪਿਆਰ ਵਾਲੇ ਇਕੱਠੇ ਹੋਣ। ਬਾਬਾ ਦੀਪ ਸਿੰਘ ਜੀ ਦੀ ਪਤਾ ਨਹੀਂ ਇੰਨੀ ਕਮਾਈ, ਜਿਹੜੇ ਤੁਹਾਡੇ 'ਚੋਂ ਸਹਿਜ ਪਾਠ ਕਰਦੇ ਆ ਉਹਨਾਂ ਨੂੰ ਜ਼ਿਆਦਾ ਪਤਾ ਹੋਏਗਾ। ਤੁਹਾਨੂੰ ਸਹਿਜ ਪਾਠ ਕਰਦੇ ਆ ਗੁਰਬਾਣੀ ਦੀ ਕੋਈ ਪੰਕਤੀ ਆ ਜਾਵੇ, ਇਹ ਮੇਰੀ ਗੱਲ ਨੂੰ ਨੋਟ ਕਰਿਓ, ਕੱਲ੍ਹ ਤੋਂ ਟਰਾਈ ਕਰਿਓ, ਕੋਈ ਪੰਕਤੀ ਆ ਜਾਵੇ ਉਹਨੂੰ ਇੱਧਰ ਜੋੜ ਕੇ ਵੇਖੋ, ਬਾਬਾ ਦੀਪ ਸਿੰਘ ਦੇ ਜੀਵਨ ਨਾਲ ਜੋੜ ਕੇ ਵੇਖੋ, ਜਿਹੜੀ ਮਰਜ਼ੀ ਪੰਕਤੀ ਆ ਜਾਵੇ, ਤੁਹਾਨੂੰ ਗੁਰਬਾਣੀ ਵਿੱਚੋਂ ਜੋ ਪੰਕਤੀ ਆ ਜਾਵੇ ਉਹਦੇ ਜੋ ਅਰਥ ਨੇ ਨਾ, ਉਹਦੇ ਅਰਥਾਂ 'ਚੋਂ ਬਾਬਾ ਦੀਪ ਸਿੰਘ ਦੇ ਗੁਣਾਂ ਦੇ ਦਰਸ਼ਨ ਹੋਣਗੇ। ਇਹ ਕਦੀ ਨੋਟ ਕਰੋ, ਸਾਰੀ ਬਾਣੀ ਢਲਦੀ ਬਾਬਾ ਜੀ ਦੇ। ਹੁਣ ਤੁਸੀਂ ਪਾਠ ਕਰ ਰਹੇ ਹੋ, ਹੁਣ ਮੰਨ ਲਓ ਪੰਕਤੀ ਆ ਗਈ, ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰਹੇ, ਵੀ ਕਿਹੋ ਜਿਹਾ ਕੌਣ ਜਿਹਨੇ ਪੰਜਾਂ ਨੂੰ, ਅਤੇ ਤੁਹਾਡੇ ਸਾਹਮਣੇ ਬਾਬਾ ਜੀ ਬਹਿ ਜਾਣਗੇ ਆ ਕੇ, ਵੀ ਬਾਬਾ ਜੀ ਵੱਲ ਦੇਖੋਗੇ ਅਤੇ ਕਹੋਗੇ ਵਾਕੇ ਐ ਬਾਬਾ ਜੀ, ਇਹ ਪੰਕਤੀ ਦੇ ਅਰਥ ਬਾਬਾ ਜੀ ਦੇ ਢੁੱਕਦੇ, ਆਖੋ ਸਤਨਾਮ। ਹੁਣ ਤੁਸੀਂ ਸਹਿਜ ਪਾਠ ਕਰ ਰਹੇ ਹੋ ਅਤੇ ਪੰਕਤੀ ਆ ਗਈ ਭਗਤਾਂ ਕਾ ਬੋਲਿਆ ਪ੍ਰਵਾਨ, ਮੰਨ ਲਓ ਪ੍ਰਵਾਨ ਹੈ, ਹੁਣ ਇਹਨੂੰ ਲੈ ਜਾਓ ਇੱਧਰ ਬਾਬਾ ਜੀ ਯਾਰ, ਭਗਤਾਂ ਕਾ ਬੋਲਿਆ ਪ੍ਰਵਾਨ ਹੈ, ਦਰਗੇ ਪਵੇ ਅਤੇ ਤੁਹਾਨੂੰ ਪ੍ਰਤੱਖ ਬਾਬਾ ਜੀ ਦੇ ਗੁਣਾਂ ਦੇ, ਬਾਬਾ ਦੀਪ ਸਿੰਘ ਦੇ ਗੁਣਾਂ ਦੇ ਦਰਸ਼ਨ ਹੋਣਗੇ। ਜੇ ਇੱਕ ਭਗਤ ਨੇ ਬੋਲਤਾ ਨਾ, ਤਰਨ ਤਾਰਨ ਗੁਰੂ ਅਰਜਨ ਦੇਵ ਦੇ ਚਰਨਾਂ 'ਚ ਗੁਰੂ ਰਾਮਦਾਸ ਆਜ਼ਾਦ ਕਰਾ ਕੇ ਹਰਿਮੰਦਰ ਸਾਹਿਬ ਸ਼ਹੀਦ ਹੋਵਾਂ, ਗੱਜ ਕੇ ਆਖੋ ਸਤਨਾਮ, ਅਤੇ ਸੀਸ ਲੱਥ ਵੀ ਗਿਆ ਅਤੇ ਭਗਤ ਦਾ ਬੋਲਿਆ ਪੂਰਾ ਹੋਇਆ, ਇੱਕ ਜਕਾਰਾ ਦਿਓ ਪਿਆਰ ਦੇ ਨਾਲ, ਬਾਬਾ ਜੀ ਇੰਨੀ ਕਮਾਈ ਹੈ। ਵੀ ਗੁਰਬਾਣੀ ਵਿੱਚੋਂ ਉਹਨਾਂ ਦੇ ਦਰਸ਼ਨ ਹੁੰਦੇ ਨੇ, ਅਰਥਾਂ ਵਿੱਚੋਂ ਬਾਬਾ ਜੀ ਦੇ ਗੁਣਾਂ ਦੇ ਦਰਸ਼ਨ ਹੁੰਦੇ ਨੇ।